ਸਤਿ ਸ਼੍ਰੀ ਅਕਾਲ ਜੀ, ਮੈਂ ਸੁੱਖਾ ਕੰਦੋਲਾ ਅਤੇ ਟੂਰਨਾਮੈਂਟ ਚੱਲਦੇ ਸੀਗੇ ਅਤੇ ਟੂਰਨਾਮੈਂਟ ਚੱਲਦੇ ਅਤੇ ਹੁਣ ਛੱਤ ਬੰਦ ਹੋ ਗਈ ਸੀ ਅਤੇ ਮੈਂ ਕਿਹਾ ਚੱਲ ਛੋਟਾ ਜਿਹਾ ਸ਼ੌਂਕ ਕਰ ਦਿੰਦਾ। ਇਹ ਜਿਹਾ ਜੀ ਜੀਤਾ ਬਾਈ ਜੀਤਾ ਸੰਘਾ ਅਤੇ ਨਵਾਂ ਨਵਾਂ ਜੀ ਸ਼ੌਂਕ ਰੱਖਿਆ, ਬਹੁਤ ਬੜੀ ਗੱਲ ਆ। ਅਤੇ ਗਈਆਂ ਜੀ, ਤੁਸੀਂ ਜੇ ਸ਼ੌਂਕ ਕਰਦੇ ਤਾਂ ਫਿਰ ਸ਼ੌਂਕ ਆਸਤੇ ਆਸਤੇ ਵੱਡਾ ਹੋ ਹੀ ਜਾਂਦਾ ਇੱਕ ਦਿਨ। ਅਤੇ ਪਰਿੰਦੇ ਨੇ ਬਹੁਤ ਸੋਹਣੇ ਖੂਬਸੂਰਤ ਰੱਖੇ ਆ ਅਤੇ ਬੜਾ ਹੌਂਸਲਾ ਆ ਇਹਦੇ ਕੋਲ। ਅਤੇ ਹਜੇ ਪੂਰੇ ਟ੍ਰੇਨਿੰਗ ਨਹੀਂ ਸੀ ਤਾਂ ਫਿਰ ਵੀ ਟੂਰਨਾਮੈਂਟ 'ਚ ਪਰਿੰਦੇ ਪਾਤੇ ਨੇ। ਇਹਨੂੰ ਕਹਿੰਦੇ ਆ ਸ਼ੌਂਕ, ਅਤੇ ਆਹ ਛੋਟਾ ਜਿਹਾ ਇਹਦਾ ਸ਼ੌਂਕ ਆ। ਅਤੇ ਹਜੇ ਪਰਿੰਦੇ ਤੋਂ ਥੋੜ੍ਹੇ ਘੱਟ ਆ ਅਤੇ ਆਸਤੇ ਆਸਤੇ ਹੋ ਜਾਣੇ ਆ ਸੋਹਣੇ। ਆਹ ਪਰਿੰਦੇ ਜੀ ਇਹਦੇ ਕੋਲ ਥੋੜ੍ਹੀ ਜਿਹੀ ਕਲੋਜ ਕਰਕੇ ਦਿਖਾ ਦਿੰਦਾ। ਅਤੇ ਮੁੰਡਾ ਸ਼ੌਕੀਨ ਆ ਉਹਦਾ, ਕਬੂਤਰਾਂ ਦਾ ਪੂਰਾ ਮੁੰਡਾ ਸ਼ੌਕੀਨ ਆ। ਆਸਤੇ ਆਸਤੇ ਮੈਨੂੰ ਲੱਗਦਾ ਕਿ ਇਹ ਆਉਣ ਵਾਲੇ ਸਮੇਂ 'ਚ ਕਬੂਤਰ ਬਹੁਤ ਸੋਹਣੇ ਬਣਾ ਲਊਗਾ। ਖੁਸ਼ੀ ਦੇ ਘਰ ਦੀ ਬਣੀ ਰਹੇ ਨੇ ਅਤੇ ਥੋੜ੍ਹੇ ਜਿਹੇ ਹੋਰ ਇਹਨੂੰ ਹੈਲਪ ਕਰ ਦੇਵਾਂਗੇ, ਜਿੰਨੇ ਕੋਈ ਚਾਹੀਦੇ ਹੋਏ ਤਾਂ ਇਹਨੂੰ ਪਰਿੰਦੇ ਦੇਵਾਂਗੇ ਅਤੇ ਇਹਦਾ ਸ਼ੌਂਕ ਪੂਰਾ ਕਰਾਂਗੇ ਜੀ ਇਹਦਾ। ਕੁਛ ਇਹ ਤੋਂ ਬੱਚੇ ਆ ਥੋੜ੍ਹੇ ਜਿਹਾ ਜੀ। ਸੁਰਖਾ ਸੁਰਖਾ ਵੀ ਰੱਖਿਆ ਮੁੰਡੇ ਨੇ। ਠੀਕ ਹੈ ਜੀ, ਛੋਟਾ ਜਿਹਾ ਸ਼ੌਂਕ ਤੁਹਾਡਾ ਕਰਾ ਦੇਣਾ। ਇਹ ਹੈ ਜੀਤਾ, ਜਿਹਦੇ ਕਿੱਥੇ ਕਿਤੇ ਸ਼ੌਂਕ ਲੈ ਕੇ ਜਾਊਂਗਾ ਜੀ। ਇਹ ਤਾਂ ਜੀ ਬਹੁਤ ਹਾਲੇ ਗਾਹਾਂ ਜਾਣਾ ਜੀ, ਹਾਲੇ ਤਾਂ ਕੁਛ ਵੀ ਨਹੀਂ, ਹਾਲੇ ਤਾਂ ਸਟਾਰਟਿੰਗ ਹੈ ਜੀ, ਸਟਾਰਟਿੰਗ। ਲਓ ਜੀ ਦੇਖੋ ਜੀ, ਜੀਤੇ ਦੇ ਹੌਸਲੇ ਬੁਲਾਉਂਦੇ ਆ, ਹਜੇ ਕਹਿੰਦਾ ਸਟਾਰਟਿੰਗ ਆ, ਕਰੂ ਕੁਛ ਜੀਤਾ ਵੀ। ਓਕੇ ਜੀ, ਥੈਂਕ ਯੂ ਵੈਰੀ ਮੱਚ।